ਹਾਂਜੀ ਕੀ ਨਾਂ ਜੀ ਤੁਹਾਡਾ? ਜਸਪਾਲ ਸਿੰਘ। ਜਸਪਾਲ ਸਿੰਘ ਜੀ, ਕੀ ਹਾਦਸਾ ਹੋਇਆ ਜੀ? ਹਾਦਸਾ ਇਹ ਹੈ ਜੀ, ਮੈਂ ਕੰਮ ਤੋਂ ਆਇਆ ਸੀ, ਜਦੋਂ ਅਸੀਂ ਕੰਮ ਤੇ ਆ ਕੇ ਬੈਠੇ ਤੇ ਰੋਟੀ ਖਾਣ ਲੱਗੇ ਸੀ, ਠੀਕ ਹੈ ਜੀ। ਉਦੋਂ ਮੈਂ ਆਇਆ ਤੇ ਇੱਕਦਮ ਛੱਤ ਡਿੱਗ ਪਈ, ਆ ਕੇ ਵੇਖਿਆ ਤੇ ਥੱਲੇ ਦੱਬੇ ਪਏ ਸੀ ਦੋਨੇ ਜਣੇ। ਚਾਚੇ ਮੇਰੇ ਨੂੰ ਤੁਰੰਗ ਹੋਈ ਵੀ ਹੈ, ਇਹਨਾਂ ਤੋਂ ਤੁਰਿਆ ਨਹੀਂ ਜਾਂਦਾ, ਬੱਚੇ ਇਹਨਾਂ ਦੇ ਕੰਮ ਨਹੀਂ ਕਰਦੇ, ਗੁੜੀਆ ਹੈਗੀ ਆ ਉਹ ਸਿਲਾਈ ਦਾ ਕੰਮ ਕਰਦੀ, ਉਹ ਹੀ ਇਹਨਾਂ ਨੂੰ ਪਾਲਦੀ ਭੋਲਦੀ। ਵੀ ਅਸੀਂ ਸਰਕਾਰ ਮੂਹਰੇ ਫਰਿਆਦ ਕਰਦੇ ਹਾਂ ਵੀ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਹਾਂਜੀ, ਕੀ ਨਾਂ ਜੀ ਤੁਹਾਡਾ? ਲਖਵੀਰ ਕੌਰ ਜੀ, ਮੈਂ ਗਾਂਧੀ ਬਸਤੀ ਕੋਟਪੁਰੇ 'ਚ ਰਹਿਣ ਵਾਲੀ ਹਾਂ। ਕੱਲ੍ਹ ਜਿਹੜਾ ਮੀਂਹ ਆਇਆ ਉਹ ਸਾਡੇ ਲਈ ਮੁਸੀਬਤ ਬਣ ਕੇ ਆਇਆ ਅਤੇ ਸਾਡਾ ਸਾਰਾ ਘਰ ਢਹਿ ਗਿਆ, ਇਹਦੇ ਵਿੱਚ ਸਾਡਾ ਸਾਰਾ ਸਮਾਨ ਖਤਮ ਹੋ ਗਿਆ, ਭਾਂਡਾ ਜੋ ਗੈਸ ਚੁੱਲ੍ਹਾ ਜੋ ਸਭ ਕੁਛ ਖਾਣ ਪੀਣ ਦਾ। ਮੈਂ ਆਪਦੇ ਮਾਂ ਪਿਓ ਕੋਲ ਰਹਿੰਦੀ ਹਾਂ, ਮੈਂ ਹੀ ਉਹਨੂੰ ਮਜ਼ਦੂਰੀ ਕਰਕੇ ਉਹਨਾਂ ਦਾ ਟਾਈਮ ਪਾਸ ਕਰਦੀ ਹਾਂ। ਮੇਰੀ ਸਰਕਾਰ ਨੂੰ ਅਪੀਲ ਆ ਕਿ ਮੇਰੀ ਮਦਦ ਕੀਤੀ ਜਾਵੇ ਅਤੇ ਮੇਰਾ ਮਕਾਨ ਪਵਾ ਕੇ ਦਿੱਤਾ ਜਾਵੇ।